ਵਿਆਹ ਦੀ ਦੌੜ ਚ ਨੀ ਭੱਜਦੇ ਰੌਲਾ ਤੁਹਾਡੇ ਨਾਲ ਮੇਰਾ ਕੋਈ ਵਿਚਾਰ ਨਹੀਂ ਜੰਗਾਂ ਵਿੱਚ ਆਉਂਦੀ ਮਿੱਠੀਏ ਤੇ ਲਾਏ ਜੜਾ ਚ ਆਉਂਦਾ ਤੇਰਾ ਯਾਰ ਨਹੀਂ ਜੰਗਾਂ ਵਿੱਚ ਆਉਂਦੀ ਮਿੱਠੀਏ। ਹਾਂਜੀ ਕੀ ਹਾਲ ਚਾਲ ਹੈ ਜੀ, ਵੈਲਕਮ ਬੈਕ ਟੂ ਜੱਟ ਲਾਈਫ ਟੀਵੀ। ਮੈਂ ਤੁਹਾਡਾ ਭਰਾ ਜਸਪ੍ਰੀਤ ਲੈ ਕੇ ਆਇਆ ਜੀ ਤੁਹਾਡੇ ਸਾਰਿਆਂ ਦੇ ਲਈ ਇੱਕ ਹੋਰ ਯੂਟਿਊਬ ਵੀਡੀਓ। ਅਤੇ ਬਾਈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਬਾਈ, ਆਪਣੇ 50,000 ਸਬਸਕ੍ਰਾਈਬਰ ਹੋ ਚੁੱਕੇ ਆ ਯੂਟਿਊਬ ਦੇ ਉੱਤੇ। ਸਿੱਧੀ ਜੀ ਗੱਲ ਆ ਬਾਈ, ਇਟ ਵਾਜ਼ ਹਾਰਡ ਪਰ ਇੰਪੋਸੀਬਲ ਨਹੀਂ ਸੀਗਾ, ਪਰ ਪੋਸੀਬਲ ਹੋ ਪਾਇਆ ਸਿਰਫ ਤੁਹਾਡੇ ਸਾਰਿਆਂ ਕਰਕੇ ਬਾਈ, ਅਤੇ ਥੈਂਕ ਯੂ ਸੋ ਮਚ ਯਾਰ। ਪਰ ਇੱਕ ਪਾਸੇ ਜਿੱਥੇ ਅੱਜ ਆਪਣੇ ਦੇ ਬਾਈ ਇੱਕ ਖੁਸ਼ੀ ਦਾ ਦੇਣ ਆ, ਥੋੜ੍ਹਾ ਜਿਹਾ ਬਾਈ ਗਮ ਵਾਲਾ ਦੇਣ ਵੀ ਆ। ਆਪਣਾ ਇੱਕ ਭਰਾ ਆ ਛੋਟਾ, ਤੁਸੀਂ ਬਹੁਤ ਵਾਰੀ ਆਪਣੇ ਵਲੌਗਸ 'ਚ ਵੀ ਦੇਖਿਆ ਹੋਣਾ ਉਹਨੂੰ ਪ੍ਰਭ, ਅਤੇ ਬਾਈ ਉਹ ਆਪਾਂ ਨੂੰ ਛੱਡ ਕੇ ਜਾ ਰਿਹਾ, ਉਹ ਚੱਲਿਆ ਜੀ ਟੋਰਾਂਟੋ ਵਾਪਸੀ। ਮੈਂ ਪਹਿਲਾਂ ਵੀ ਇੱਕ ਵਲੌਗ 'ਚ ਦੱਸਿਆ ਸੀਗਾ ਨਾ ਕਿ ਇੰਨੇ ਚੱਲ ਜਾਣਾ ਟੋਰਾਂਟੋ ਨੂੰ, ਅਤੇ ਬਾਈ ਫਾਈਨਲੀ ਚੱਲਿਆ, ਕਿਉਂਕਿ ਉਹ ਸਟੂਡੈਂਟ ਹੈਗਾ ਕਿੰਗਸਟਨ ਓਨਟੈਰੀਓ ਦੇ ਵਿੱਚ ਪੜ੍ਹਦਾ ਉਹ, ਹੈ ਨਾ। ਅਤੇ ਬਾਈ ਇੱਥੇ ਸਮਰ ਬ੍ਰੇਕ 'ਤੇ ਆਇਆ ਸੀਗਾ, ਬਾਈ ਨੇ ਠੋਕ ਕੇ ਕੰਮ ਕੀਤਾ ਯਾਰ, ਜਿਹੜੀ ਗੱਲ ਸੱਚ ਆ ਨਾ, ਬਹੁਤ ਮਿਹਨਤੀ ਬੱਚਾ ਯਾਰ। ਅਤੇ ਜੇ ਪ੍ਰਭ ਦੇ ਪੇਰੈਂਟਸ ਵੀਡੀਓ ਦੇਖ ਰਹੇ ਆ, ਤੁਸੀਂ ਬਹੁਤ ਲੱਕੀ ਹੈ ਕਿ ਤੁਹਾਡਾ ਪ੍ਰਭ ਵਰਗਾ ਬੇਟਾ ਹੈਗਾ ਆ, ਜੋ ਮੈਨੂੰ ਜੈਨੂਅਨਲੀ, ਹੈ ਨਾ, ਇੱਕ ਛੋਟੇ ਭਰਾ ਵਾਂਗੂ ਬਹੁਤ ਭਰਾ ਨੇ ਆਪਣਾ ਸਾਥ ਦਿੱਤਾ ਚੈਨਲ ਦੇ ਉੱਤੇ। ਕਿੱਦਾਂ ਸਾਥ ਦਿੱਤਾ ਹੈਗਾ ਜੀ, ਉਹਨੇ ਕਾਫੀ ਵਾਰੀ ਆਪਣੇ ਨਾਲ ਹੈਲਪ ਕਰਾਈ ਹੈ ਜੀ। ਬੰਦਾ ਆਊਟ ਗੋਇੰਗ ਆ, ਅੱਗੇ ਵਧਣ ਵਾਲਾ ਬਾਈ, ਅੱਗੇ ਵਧਣ ਵਾਲੀ ਸੋਚ ਰੱਖਦਾ। ਚਲੋ ਕੋਈ ਨਹੀਂ ਬਾਈ, ਹੁਣ ਬਸ ਮੈਂ ਪਹੁੰਚਦਾ ਉਹਦੇ ਘਰੇ, ਅਤੇ ਉਹਨੂੰ ਆਪਾਂ ਬਾਈ ਪਿੱਕ ਕਰਦੇ ਹਾਂ, ਉਹਦਾ ਸਮਾਨ ਸਮੂਨ ਰੱਖਦੇ ਹਾਂ ਕਾਰ ਦੇ ਵਿੱਚ, ਅਤੇ ਕਰਦੇ ਹਾਂ ਉਹਦੀ, ਅਤੇ ਛੱਡ ਕੇ ਆਉਂਦੇ ਹਾਂ ਉਹਨੂੰ ਏਅਰਪੋਰਟ। ਪਰ ਏਅਰਪੋਰਟ ਜਾਣ ਤੋਂ ਪਹਿਲਾਂ ਬਾਈ ਨੂੰ ਆਪਾਂ ਇੱਕ ਸਰਪ੍ਰਾਈਜ਼ ਦੇਣਾ। ਬਾਈ ਨੂੰ ਏਅਰਪੋਰਟ ਬਹੁਤ ਪਸੰਦ ਹੈਗੇ ਐਪਲ ਦੇ, ਅਤੇ ਬਾਈ ਨੇ ਕੀ ਕੀਤਾ ਯਾਰ, ਉਹਨੇ ਨਾ ਮਤਲਬ ਇੱਕ ਕਾਪੀ ਹੁੰਦੀ ਹੈ ਨਾ ਜਿੱਦਾਂ ਏਅਰਪੋਰਟਸ ਦੀ, ਉਹਨੇ ਉਹ ਲਈ ਸੀਗੀ, ਅਤੇ ਆਈ ਥਿੰਕ ਮੇਰੇ ਨਾਲ ਹੀ ਜਾ ਕੇ ਲੈ ਕੇ ਆਇਆ ਸੀਗਾ $40 ਦੀ। ਅਤੇ ਬਾਈ ਦੀ ਹੈ ਨਾ ਉਹ ਚੀਜ਼ ਗੁਆਚ ਗਈ ਏਅਰਪੋਰਟ, ਜਿਹੜੇ ਉਹਨੇ ਫੇ ਈਵਨ ਕਿ ਹੈ ਨਾ, ਚਲੋ ਯਾਰ ਜਦੋਂ ਬੰਦਾ ਸਟੂਡੈਂਟ ਹੁੰਦਾ ਨਾ, ਉਹਨੇ ਫੀਸ ਵਗੈਰਾ ਕੱਢਣੀ ਸੀ ਅਤੇ ਉਹਦਾ ਬਜਟ ਨਹੀਂ ਸੀਗਾ ਨਵੇਂ ਏਅਰਪੋਰਟ ਲੈਣ ਦਾ, ਹੈ ਨਾ। ਅਤੇ ਉਹਨੇ ਕੀ ਕੀਤਾ ਬਾਈ, ਮਤਲਬ ਕਾਪੀ ਜੀ ਲੈ ਲਈ, ਅਤੇ ਉਹ ਕਾਪੀ ਵੀ ਬਾਈ ਦੀ ਗਵਾਚ ਗਈ। ਏਅਰਪੋਰਟਸ ਤੁਹਾਨੂੰ ਪਤਾ ਹੀ ਹੈ ਨਾ ਕਿੱਦਾਂ ਦੇ ਹੁੰਦੇ, ਜਿੱਦਾਂ ਆਪਣੇ ਤੁਹਾਨੂੰ ਦਿਖਾ ਦਿੰਦਾ, ਏਅਰਪੋਰਟਸ ਤੁਹਾਨੂੰ ਪਤਾ ਹੀ ਹੈ ਬਾਈ ਇੱਦਾਂ ਦੇ ਹੁੰਦੇ ਆ। ਮੈਂ ਕੇਸ ਚੜ੍ਹਾਇਆ ਵਾ ਆਪਣੇ ਏਅਰਪੋਰਟਸ ਦੇ ਉੱਤੇ, ਹੈ ਨਾ। ਹੁਣ ਆਪਾਂ ਕੀ ਕਰਨਾ, ਬਾਈ ਨੂੰ ਆਪਾਂ ਆਪਣੇ ਏਅਰਪੋਰਟ ਦੇ ਦੇਣੇ ਆ। ਕਿਉਂ? ਕਿਉਂਕਿ ਬਾਈ ਨੇ ਆਪਣਾ ਬਹੁਤ ਸਾਥ ਦਿੱਤਾ ਯਾਰ, ਸਿੱਧੀ ਜੀ ਗੱਲ ਆ ਨਾ। ਬਾਈ ਨਾਲ ਖੜਦਾ ਰਿਹਾ, ਜਦੋਂ ਵੀ ਬਾਈ ਨੂੰ ਆਵਾਜ਼ ਮਾਰੀ ਹੈ ਨਾ, ਬਾਈ ਹਮੇਸ਼ਾ ਬਾਈ ਨੇ ਟਾਈਮ ਕੱਢਿਆ। ਨਾਲੇ ਈਵਨ ਕਿ ਸਟੂਡੈਂਟ ਵੀਜ਼ੇ 'ਤੇ ਹੋਣ ਦੇ ਬਾਵਜੂਦ ਕਿ ਸਟੂਡੈਂਟ ਵੀਜ਼ੇ 'ਤੇ ਉਹ ਕੰਮ ਵੀ ਕਰਦਾ ਪਿਆ ਸੀ, ਹੈ ਨਾ। ਕੰਮ ਦੇ ਨਾਲ ਨਾਲ ਵੀ ਬਾਈ ਨੇ ਆਪਣੇ ਲਈ ਬਾਈ ਟਾਈਮ ਕੱਢਿਆ, ਵੀ ਬਹੁਤ ਹੀ ਜ਼ਿਆਦਾ ਵੱਡੀ ਗੱਲ ਆ ਯਾਰ। ਐਟਲੀਸਟ ਜਿਹੜੇ ਬੰਦੇ ਸਟੂਡੈਂਟ ਆ ਨਾ ਕੈਨੇਡਾ 'ਚ, ਤੁਸੀਂ ਸਮਝ ਸਕਦੇ ਆ ਕਿੰਨਾ ਹਾਰਡ ਹੁੰਦਾ ਨਾ ਟਾਈਮ ਕੱਢਣਾ ਬੰਦੇ ਦੇ ਲਈ। ਅਤੇ ਬਾਈ ਨੂੰ ਇਸੇ ਕਰਕੇ ਬਾਈ ਜਾਣ ਤੋਂ ਪਹਿਲਾਂ ਆਪਾਂ ਇਹ ਗਿਫਟ ਦੇਣਾ ਯਾਰ। ਕਿਉਂ ਇਹ ਕਿਉਂ ਦੇਣਾ ਆ, ਕਿਉਂਕਿ ਬਾਈ ਮੈਂ ਉਹਨੂੰ ਨਵੇਂ ਵੀ ਲੈ ਕੇ ਦੇ ਸਕਦਾ ਨਾ, ਨੋ ਇਸ਼ੂਜ਼ ਆਪਣੇ ਕੋਲ, ਇਹ ਨਹੀਂ ਕੋਈ ਗੱਲ ਹੈਗੀ ਕਿ ਪੈਸੇ ਨਹੀਂ ਹੈਗੇ। ਪਰ ਮੈਂ ਇਹ ਚੀਜ਼ ਇਸ ਕਰਕੇ ਦੇਣਾ ਚਾਹੁੰਦਾ ਕਿ ਉਹਨੂੰ ਇੱਕ ਵੈਲਿਊ ਹੋਵੇ ਕਿ ਹਾਂ ਇੱਕ ਭਰਾ ਨੇ ਗਿਫਟ ਦਿੱਤਾ, ਹੈ ਨਾ, ਔਰ ਇਹਨੂੰ ਇਹ ਚੀਜ਼ ਮੇਰੀ ਆਪਣੀ ਆ, ਹੈ ਨਾ। ਇੱਕ ਮੈਮਰੀ ਰੈਦਰ ਦੈਨ ਇੱਕ ਮਟੀਰੀਅਲਿਸਟਿਕ ਥਿੰਗ ਤੋਂ ਵੱਧ ਕੇ, ਹੈ ਨਾ, ਇੱਕ ਮੈਮਰੀ ਹੋਊਗੀ ਮੇਰੀ ਛੋਟੇ ਭਰਾ ਦੇ ਲਈ, ਹੈ ਨਾ। ਅਤੇ ਆਪਾਂ ਉਹਨੂੰ ਜਾਣ ਲੱਗੀ ਨੂੰ ਆ ਫੜਾਉਂਦੇ ਹਾਂ। ਬਾਈ ਤੁਸੀਂ ਦੇਖ ਲਓ ਅੱਜ ਦਾ ਦਿਨ ਠੀਕ ਹੀ ਆ, ਹੈ ਨਾ ਆਪਾਂ ਜ਼ਿਆਦਾ ਸਨੀ ਕਹਿ ਸਕਦੇ ਹਾਂ, ਅਤੇ ਨਾ ਆਪਾਂ ਇਹ ਕਹਿ ਸਕਦੇ ਕਿ ਹਾਂ ਮਤਲਬ ਠੰਡ ਠੁੰਡ ਹੈਗੀ ਆ, ਡੀਸੈਂਟ ਆ। ਆਲਮੋਸਟ ਸਮਰ ਜਾ ਚੁੱਕੀ ਹੈ ਬਾਈ, ਅਤੇ ਵਿੰਟਰ ਆ ਚੁੱਕੀ ਆ, ਆਪਾਂ ਪਹੁੰਚ ਚੁੱਕੇ ਹਾਂ ਬਾਈ ਦੇ ਏਰੀਏ ਦੇ ਵਿੱਚ, ਇੱਥੇ ਰਹਿੰਦਾ ਬਾਈ। ਪਰ ਅੱਜ ਬਾਈ ਚੱਲਿਆ, ਕੋਈ ਨਹੀਂ, ਲਾਉਂਦੇ ਹਾਂ ਬਾਈ ਨੂੰ ਫੋਨ। ਫੋਨ ਕਿਉਂ, ਆਪਾਂ ਬਾਈ ਦੇ ਕੋਲ ਅੰਦਰ ਹੀ ਚੱਲਦੇ ਹਾਂ, ਵਿਹਨੇ ਜਾ ਕੀ ਕਰੀ ਜਾਂਦਾ। ਪੈਕਿੰਗ ਪੁਕਿੰਗ ਕਰ ਲਈ ਕਿ ਨਹੀਂ ਕੀਤੀ, ਜੇ ਬੈਗ ਬੁੱਕ ਹੋਣਗੇ ਬਾਈ ਨਾਲ ਚੁਕਾਉਂਦੇ ਹਾਂ। ਇੱਥੇ ਇੱਦਾਂ ਬਾਈ ਬੈਕ ਡੋਰ ਹੁੰਦੀ ਆ, ਅਤੇ ਆਹ ਬਾਈ ਉਹਨਾਂ ਦਾ, ਬਾਈ ਦਾ ਰਿਲੇਟਿਵਸ ਦਾ ਬੈਕ ਯਾਰਡ ਆ ਖੇਡਣ ਵਗੈਰਾ ਲਈ। ਅਤੇ ਹਾਂਜੀ 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 ਹਾਂਜੀ, ਅਤੇ ਹੁਣ ਬਾਈ ਰੋਟੀ ਖਾਣ ਡਿਆ। ਕੱਟ ਕਰ ਦਿਓ, ਮੈਂ ਤਾਂ ਨਹੀਂ ਕਰਦਾ ਕੱਟ। ਕਿੱਦਾਂ ਤਿਆਰ ਆ, ਕਿੱਥੇ ਬੈਗ, ਸਮਾਨ ਅੱਗੋਂ ਚੁੱਕਣਾ, ਕਿੰਨੀ ਭੁੱਖ ਪਾਈ ਨਾ ਵੈਸੇ ਤੂੰ, ਜਾਣ ਦਾ ਚਾਹ ਫੇਰ ਕਿੱਥੋਂ ਜੁੜਨੀਆਂ ਰੋਟੀਆਂ, ਕਿੰਗਸਟਨ ਜਾ ਕੇ ਰੋਟੀਆਂ ਨਹੀਂ ਜੁੜਨੀਆਂ। ਬਾਈ ਐਕਸਾਈਟਡ ਆ, ਕਿੱਦਾਂ ਓਕੇ ਆ ਕੰਮ? ਪਹਿਲਾਂ ਆਪਾਂ ਬੈਸਟ ਬਾਏ ਜਾਣਾ, ਤੂੰ ਕੋਈ ਚੱਕਰ ਤਾਂ ਨਹੀਂ, ਆਪਾਂ ਟਾਈਮ ਸਿਰ ਪਹੁੰਚਾ ਦਾਂਗੇ ਤੈਨੂੰ, ਕੋਈ ਚੱਕਰ ਨਹੀਂ, ਪ੍ਰੋਮਿਸ। ਨਹੀਂ ਤਾਂ ਅਗਲਾ ਵੀਡੀਓ 'ਤੇ ਪ੍ਰੂਫ ਆ, ਜੱਟ ਤੈਨੂੰ ਨਵੀਂ ਟਿਕਟ ਕਰਾ ਕੇ ਦਊ, ਮੰਨਦਾ ਭਰਾ ਨੂੰ। ਚੱਲ ਫਿਰ ਚੱਲੀਏ, ਕੱਢ ਬੈਗ। ਹੁਣ ਆਪਾਂ ਚੱਲਦੇ ਹਾਂ, ਬਾਈ ਦੇ ਬੈਗ ਰੱਖਦੇ ਹਾਂ। ਹੁਣ ਆਹ ਬਾਈ ਦੀ ਟੈਚੀ ਆ, ਮੈਨੂੰ ਇਹ ਲੱਗਦਾ ਨਹੀਂ ਇਹ 'ਚ ਜਾਊਗੀ, ਵਹਿੰਦੇ ਹਾਂ ਕੀ ਬਣਦਾ। ਉੱਦਾਂ ਵੀ ਸਮਾਨ ਆਪਣੇ ਕੋਲ ਗੰਦ ਜਿਹਾ ਕਰ ਦਈਏ ਪਾਸੇ, ਇੱਥੇ ਆਜੂਗੀ ਇਹ। ਆਈ ਸ਼ੋਰ ਤਾਂ ਕੈਮਰਾ ਫੜ, ਮੈਂ ਚੈੱਕ ਕਰਦਾ ਫਿੱਟ ਕਰਕੇ। ਹਾਂਜੀ ਹਾਂਜੀ ਮਿਲਿਆ ਜਾ ਕੇ, ਰੱਬ ਨੂੰ ਪੈਸੇ ਮਿਲ ਰਹੇ ਆ, ਨਜ਼ਾਰੇ ਲੈ ਰਿਹਾ ਪ੍ਰਭ ਪੈਸੇ ਲੈ ਕੇ।
ਪੜ ਲਈ ਦੇ ਹੁੰਦੇ, ਛੱਡੀ ਦਾ ਥੋੜੀ ਹੁੰਦਾ। ਚਲੋ ਰੱਖੋ ਬੈਗ, ਕਿੰਨੇ ਮਿਲਿਆ ਵਿਖਾ ਦੇ। $50 ਚੱਲ ਚੱਲੀਏ ਸਰ, ਟੋਰਾਂਟੋ ਜਾਣ ਲਈ ਐਕਸਾਈਟਿਡ ਪੂਰੇ ਬ੍ਰੋ, ਐਕਸਾਈਟਿਡ ਭਰਾ, ਮੈਂ ਪਤਾ ਨਹੀਂ ਕਦੋਂ ਜਾਊਂਗਾ, ਦੇਖਦੇ ਹਾਂ ਕੀ ਲਾਈਫ ਹੋਗੀ। ਹਾਂਜੀ ਅੱਛੂ, ਬੱਚੇ ਆ ਗਏ, ਉਹ ਮਿਲਦੀ ਆ ਉੱਥੇ, ਜਾ ਮਿਲਲਾ ਮਿਲਲਾ ਜਾ ਕੇ ਜਾ ਬਾਈ, ਭੈਣ ਭਰਾਵਾਂ ਨੂੰ ਮਿਲਣ ਦਾ ਚਾਅ। ਆਹ ਭੈਣ ਭਰਾ ਫਿਰਦੇ ਹੁਣ, ਕਹਿੰਦਾ ਜਾ ਕੇ ਮੈਂ ਮਿਲੂੰਗਾ। ਉਤਰ ਕੇ ਮਿਲਲਾ। ਸਤਿ ਸ਼੍ਰੀ ਅਕਾਲ, ਕੀ ਹਾਲ ਆ? ਗਾਲਾਂ ਪੈਂਦੀਆਂ ਹੋਈਆਂ ਚਾਚੂ ਤੋਂ, ਚਾਚੂ ਨੇ ਜੁੱਤੀ ਲਾ ਲਈ ਹੈ ਕੈਨੇਡਾ ਚ ਜੁੱਤੀਆਂ। ਉਹ ਬੱਲੇ ਕੀ ਰਹਿ ਗਿਆ ਟਿਕਟ, ਪ੍ਰਭ ਓਏ ਫੋਨ ਵੀ ਛੱਡ ਆਇਆ, ਪਾਸਵਰਡ ਵੀ ਛੱਡ ਆਇਆ। ਉਹ ਇੱਡਾ ਕਿੱਡਾ ਚਾਹ ਤੈਨੂੰ ਜਾਣ ਦਾ ਮਨ ਨੀ? ਚਲੋ ਚੰਗੇ ਵੀ ਹਾਏ ਬਾਈ, ਤੂੰ ਤਾਂ ਗਲਾਰਾ ਹੀ ਪਾਤਾ ਉਸ ਮਿੰਟ ਦੇ ਵਿੱਚ ਬਾਈ। ਕਦੇ ਕਦੇ ਏਦਾਂ ਵੀ ਹੋ ਜਾਂਦਾ ਵਲੌਗ ਦੇ ਵਿੱਚ ਬੰਦੇ ਨਾਲ। ਓ ਮੈਂ ਮੈਂ ਤੇਰਾ ਵਲੌਗ ਬਣਾਉਣੀ ਉਹ ਪਾਪੇ, ਅਰੇ ਜਾਊ ਦੇਖ ਲਈ ਇੰਸਟਾਗ੍ਰਾਮ ਦੇ ਬੰਦੇ ਲੱਭ ਜਾਂਦੇ ਆ, ਵਧੀਆ ਬੰਦੇ ਆ। ਬਾਈ ਦਾ ਮੈਨੂੰ ਮੈਸੇਜ ਆਇਆ, ਬਾਈ ਕਹਿੰਦਾ ਬਾਈ ਕੰਮ ਲਵਾ ਦੋ ਹਨਾ ਕੰਮ। ਬਾਈ ਮੈਂ ਤੈਨੂੰ ਝੂਠ ਨੀ ਕਹਿੰਦਾ ਹਨਾ, ਜਿੰਨੇ ਕੁ ਆਪਾਂ ਜੋਗੇ ਸੀ ਆਪਾਂ ਉਹਦੀ ਜਿੰਨੀ ਕੁ ਹੈਲਪ ਕਰ ਸਕਦੇ ਕੀਤੀ, ਪਰ ਬਾਈ ਨੇ ਜਿੰਨਾ ਵੀ ਕੁਛ ਕੀਤਾ ਨਾ ਬਾਈ, ਜਿੰਨਾ ਵੀ ਕੁਛ ਕੀਤਾ ਆਪ ਕੀਤਾ। ਤੇ ਬਾਈ ਪ੍ਰਭ ਜੀ ਹੁਣ ਮੈਨੂੰ ਇਹ ਦੱਸੋ, ਟੋਰਾਂਟੋ ਮਿਲੋਗੇ ਆਪਾਂ ਨੂੰ? ਜ਼ਰੂਰ ਬ੍ਰੋ, ਟੋਰਾਂਟੋ ਵੀ ਤੇ ਕੈਲਗਰੀ ਵੀ ਫੇਰ ਆਵਾਂਗੇ ਤੇ ਫੇਰ ਮਿਲਾਂਗੇ। ਬਿਲਕੁਲ ਬਿਲਕੁਲ ਮੇਰਾ ਭਰਾ, ਮੋਸਟ ਲਾਈਕਲੀ ਮੈਂ ਆਊਂਗਾ ਉੱਥੇ, ਕੀ ਆਉਂਦੇ ਹੁੰਦੇ ਆ ਨੂੰ ਬ੍ਰੈਂਪਟਨ ਆਉਣਾ ਮੈਂ, ਤੇ ਜਦੋਂ ਵੀ ਮੈਂ ਬ੍ਰੈਂਪਟਨ ਆਇਆ ਤੇ ਕਿੰਗਸਟਨ ਤੈਨੂੰ ਆਉਣਾ ਆਉਣਾ ਪੈਣਾ, ਠੀਕ ਆ? ਜ਼ਰੂਰ ਜ਼ਰੂਰ ਬਾਈ, ਇੱਦਾਂ ਹੀ ਆ ਹਨਾ ਬੰਦਾ ਵੇਖ ਲਓ। ਛੋਟੀ ਜਿਹੀ ਏਜ ਆ, ਕਿੰਨੀ ਏਜ ਆ ਤੇਰੀ? 19 18 ਦਾ ਸੀ ਨਾ ਤੂੰ ਆਇਆ ਸੀ, 18 ਦਾ ਸੀਗਾ। ਦੇਖ ਲਓ ਕੈਨੇਡਾ ਆ ਗਿਆ, ਜ਼ਿੰਮੇਵਾਰੀਆਂ ਪੈ ਗਈਆਂ, ਤੇ ਬਾਈ ਜ਼ਿੰਮੇਵਾਰੀਆਂ ਤੋਂ ਭੱਜਿਆ ਨਹੀਂ, ਸਾਂਭ ਲੀਆਂ। ਇਹ ਹੁੰਦੀ ਹੈ ਲਾਇਕ ਬੱਚੇ ਦੀ ਨਿਸ਼ਾਨੀ ਯਾਰ, ਜੋ ਮੈਂ ਦੇਖਿਆ ਨਾ ਇਹਦੇ ਵਿੱਚ ਕਿ ਬਾਈ, ਬਾਕੀ ਮੁੰਡੇ ਤੋਂ ਆਪਾਂ ਇੱਕ ਅੱਧਾ ਵਲੌਗ ਬਣਵਾਵਾਂਗੇ ਆਪਣੇ ਚੈਨਲ ਲਈ ਜੋ ਕਿੰਗਸਟਨ ਗਿਆ ਨਾ, ਟਰਾਈ ਕਰੀਏ ਤੂੰ ਇੱਕ ਅੱਧਾ ਵਲੌਗ ਕਿੰਗਸਟਨ ਜਿੱਦਾਂ ਤੇਰਾ ਕਾਲਜ ਵਗੈਰਾ ਕੀ ਸਿਸਟਮ ਹੈ ਨਾ, ਇੱਕ ਵਲੌਗ ਬਣਾਈ ਤੇ ਆਪਾਂ ਜ਼ਰੂਰ ਬਾਈ ਸ਼ੇਅਰ ਕਰਾਂਗੇ ਆਪਣੇ ਚੈਨਲ ਦੇ ਉੱਤੇ। ਤੇ ਹੁਣ ਤੇਰੀ ਕਿੰਨੀ ਰਹਿ ਗਈ ਪੜ੍ਹਾਈ? ਮੇਰੇ ਰਹਿ ਗਏ ਬਸ ਦੋ ਸਮੈਸਟਰ ਰਹਿ ਗਏ, ਪੰਜ ਛੇ ਕੁ ਸੱਤ ਮਹੀਨਿਆਂ 'ਚ ਮੁੱਕ ਜਾਣੀਆਂ। 6-7 ਮਹੀਨਿਆਂ 'ਚ ਮੁੱਕ ਜਾਣੀਆਂ। ਕਾਫੀ ਪੀਣੀ ਹੈ? ਕਾਫੀ ਨਹੀਂ ਪੀਣੀ। ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਕੈਲਗਰੀ ਏਅਰਪੋਰਟ, ਬਾਈ ਨੂੰ ਛੱਡਣ ਤੇ ਆਪਾਂ ਜਾਣਾ ਆ ਡਿਪਾਰਚਰ ਦੇ ਵਿੱਚ ਨਾ। ਆ ਜੀ ਸਾਡਾ ਏਅਰਪੋਰਟ ਜ਼ਿਆਦਾ ਵੱਡਾ ਨਹੀਂ ਹੈਗਾ ਬਾਈ, ਕੈਲਗਰੀ ਏਅਰਪੋਰਟ ਠੀਕ ਠੀਕ ਆ, ਪਰ ਹਾਂ ਇੰਟਰਨੈਸ਼ਨਲ ਏਅਰਪੋਰਟ ਹੈਗਾ ਜਿੱਥੇ ਟੋਰਾਂਟੋ ਵਗੈਰਾ ਤੋਂ ਵੀ ਜਾਂ US ਤੋਂ ਜਾਂ ਇੰਡੀਆ ਤੋਂ ਵੀ ਫਲਾਈਟਾਂ ਆਉਂਦੀਆਂ ਆ। ਤੇ ਮੁੰਡਾ ਸਾਡਾ ਰੈਡੀ ਟੂ ਗੋ ਆ, ਸਾਡਾ ਚੈਂਪੀਅਨ ਦੀ ਹੁੱਡੀ ਪਾਈ ਫਿਰਦਾ ਮੁੰਡਾ ਪੂਰੀ ਸ਼ੋਪਿੰਗ ਕਰਕੇ ਆਇਆ ਕੱਲ੍ਹ। ਆਪਾਂ 2 ਮਿੰਟ 'ਚ ਪਹੁੰਚੀਏ ਅਤੇ ਫਿਰ ਬਾਈ ਨੂੰ ਆਪਾਂ ਦਿੰਦੇ ਹਾਂ। ਕੋਈ ਨਹੀਂ, ਇਹਨੂੰ ਤਾਂ ਕੁਛ ਨਹੀਂ ਪਤਾ, ਤੁਹਾਨੂੰ ਤਾਂ ਸਭ ਕੁਛ ਪਤਾ ਹੈ ਨਾ, ਤੁਸੀਂ ਤਾਂ ਦੇਖ ਚੁੱਕੇ ਵੀਡੀਓ 'ਚ, ਇਹਨੂੰ ਕੁਛ ਨਹੀਂ ਪਤਾ। ਵਾਕਾ ਯਾਦ ਹੋਵੇ, ਤੂੰ ਏਅਰਪੋਰਟ ਲੈ ਕੇ ਆਇਆ ਸੀ ਏਅਰਪੋਰਟ, ਹਾਂ ਮਤਲਬ ਫੇਕ ਮੇਰੇ ਨਾਲ ਜਾ ਕੇ ਲੈ ਕੇ ਆਇਆ ਸੀ ਨਾ, ਕਿੰਨੇ ਦੇ ਲੈ ਕੇ ਆਇਆ ਸੀ? $40 ਦੇ ਇਸ਼ਾਰੇ ਉਹ ਨਾ ਏਅਰਪੋਰਟ ਨਾ ਹੋਇਆ ਕੀ ਸੀ, ਬੰਦੇ ਦੀ ਮਤਲਬ ਕਈ ਚੀਜ਼ਾਂ ਏਦਾਂ ਦੀ ਹੁੰਦੀਆਂ ਨਾ ਆਪਣੇ ਨਾ, ਉਹ ਚੀਜ਼ ਦਿਮਾਗ 'ਚ ਰਹਿ ਜਾਂਦੀ ਆ। ਦਿਮਾਗ 'ਚ ਕਿੱਦਾਂ ਰਹੀ, ਮੈਂ ਇਹਦੇ ਘਰੇ ਗਿਆ ਸੀ ਉਦਣ ਹਨਾ, ਮੈਂ ਘਰੇ ਗਿਆ ਤੇ ਇਹਨਾਂ ਨੇ ਮੈਨੂੰ ਬੋਕਸ ਜਿਹਾ ਵਿਖਾ ਕੇ ਮੈਂ ਇਹਦਾ ਫੇਸ ਵੇਖਿਆ, ਕਿਉਂਕਿ ਬੰਦੇ ਨੂੰ ਹੁੰਦਾ ਹੀ ਹੈ ਨਾ ਯਾਰ ਆਪਣੀ ਕੋਈ ਚੀਜ਼ ਗੁੰਮ ਜਾਵੇ ਹਨਾ, ਕੋਈ ਵੀ ਆਪਾਂ ਨਹੀਂ ਹਨਾ, ਸਿੱਧੀ ਜਿਹੀ ਗੱਲ ਆ, ਜਿਹਦੇ ਆਪਾਂ ਪੈਸੇ ਲਾਏ ਆਪਾਂ ਨੂੰ ਫੀਲ ਤਾਂ ਹੁੰਦਾ ਨਾ। ਉਹ ਮੈਨੂੰ ਇਹ ਵੀ ਪਤਾ ਸੀ ਜਿਹਨੇ ਲੈਣੇ ਨਹੀਂ, ਉਹ ਮੈਨੂੰ ਚੀਜ਼ ਪਤਾ ਸੀ ਹਨਾ ਕਿਹਦੇ ਹਜੇ ਲੈਣੇ ਨਹੀਂ। ਅਤੇ ਭਰਾ ਦੇਖ, ਤੇਰਾ ਮੈਂ ਭਰਾ ਆ ਵੱਡਾ ਹਨਾ, ਤੈਨੂੰ ਮੈਂ ਆਪਣੀ ਇੱਕ ਨਿਸ਼ਾਨੀ ਦੇ ਰਿਹਾ, ਐਪਲ ਏਅਰਪੋਰਡ ਮੇਰੇ ਨੇ ਜਿਗੜਾ ਟੇਕ ਬ੍ਰੋ, ਨਾ 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 ਮੇਰੀ ਗੱਲ ਸੁਣ, ਪਤਾ ਕੀ ਆ
ਦੇਖ ਮੈਂ ਲਿਆਉਣ ਨੂੰ ਤੇਰੇ ਲਈ ਨਵੇਂ ਵੀ ਲਿਆ ਸਕਦਾ ਮੈਨੂੰ ਕੋਈ ਇਸ਼ੂ ਨੂੰ ਧਿਆਨ ਨਾ ਸੁਣ ਮੈਂ ਲਿਆਉਣ ਲਈ ਤੇਰੇ ਲਈ ਨਵੇਂ ਵੀ ਲਿਆ ਸਕਦਾ ਜੀ ਇਹ ਮੈਂ ਤੈਨੂੰ ਇਸ ਕਰਕੇ ਦੇ ਰਿਹਾ ਕਿਉਂਕਿ ਤੇਰੇ ਭਰਾ ਦੀ ਨਿਸ਼ਾਨੀ ਹੈ ਗਿਫਟ ਨੀ ਇਹ ਤੇਰੇ ਭਰਾ ਦੀ ਨਿਸ਼ਾਨੀ ਆ ਤੇਰੇ ਲਈ ਹੁਣ ਇਹਨਾਂ ਨੂੰ ਨਾ ਗਵਾਈ ਇਹਨਾਂ ਨੂੰ ਸਵਾਲ ਕਰ ਤੈਨੂੰ ਲੈਣਾ ਪੈਣਾ ਮੇਰੀ ਮੇਰੀ ਗੱਲ ਸੁਣ ਤੈਨੂੰ ਆ ਲੈਣਾ ਪੈਣਾ ਫੜ ਲੈ ਤੈਨੂੰ ਫੜਨਾ ਪੈਣਾ ਨਹੀਂ ਮੈਂ ਤੈਨੂੰ ਪਤਾ ਵੀਡੀਓ ਬਣਦੀ ਪਈ ਹੈ ਲਾਈਕ ਵੀ ਹੈਵ ਟੂ ਡੂ ਦਿਸ ਵੀ ਹੈਵ ਟੂ ਡੂ ਦੀ ਐਕਟ ਹਲਾ ਤੇਰੀ ਫਲਾਈਟ ਨਹੀਂ ਮੈਂ ਸੁਣਦੀ ਇਹਨੂੰ ਫੜ ਲਾ ਥੈਂਕ ਯੂ ਬ੍ਰੋ ਕੋਈ ਚੱਕਰ ਨਹੀਂ ਮੇਰਾ ਭਰਾ ਛੋਟਾ ਭਰਾ ਆ ਤੂੰ ਆਪਣਾ ਹਨਾ ਦੇਖ ਕਿਉਂਕਿ ਦੇਖ ਬਾਈ ਇਹ ਲਾਈਵ ਆ ਨਾ ਕੋਈ ਟਾਈਮ ਸੀਗਾ ਤੂੰ ਬਿਨਾਂ ਕਹੇ ਆਪਣੇ ਨਾਲ ਆਇਆ ਨਾ ਆਪਣੇ ਨਾਲ ਖੜਿਆ ਸੋ ਦੈਟਸ ਹਾਊ ਇਟ ਗੋਜ਼ ਇਹ ਕੋਈ ਵੱਖਰੀ ਗੱਲ ਨਹੀਂ ਅਸੀਂ ਹੁਣ ਤੈਨੂੰ ਟੋਰਾਂਟੋ ਮਿਲਾਂਗੇ ਬਾਈ ਦੀ ਆਪਾਂ ਫਲਾਈਟ ਵੱਲ ਨੂੰ ਚੱਲਦੇ ਹਾਂ ਤੇ ਬਾਈ ਨੂੰ ਕਰਦੇ ਹਾਂ ਡ੍ਰੌਪ ਇਹੀ ਸੀਗਾ ਬਾਈ ਦੇ ਲਈ ਸਰਪ੍ਰਾਈਜ਼ ਤੁਹਾਨੂੰ ਤਾਂ ਪਤਾ ਹੀ ਕੀ ਸੀ ਨਾ ਸਰਪ੍ਰਾਈਜ਼ ਬਹੁਤ ਵੱਡਾ ਗਿਫਟ ਬਾਈ ਦੀ ਨਿਸ਼ਾਨੀ ਆ ਇਹ ਬਾਈ ਦੀ ਤੇਰੇ ਦੀ ਨਿਸ਼ਾਨੀ ਹੈ ਤੇ ਇਹਨੂੰ ਨਿਸ਼ਾਨੀ ਵਾਂਗੂ ਹੀ ਰੱਖਣਾ ਦੈਟਸ ਇਟ ਠੀਕ ਆ ਬਾਈ ਦੀ ਟੈਚ ਹੀ ਕੱਢ ਦਈਏ ਬਾਈ ਔਖੀ ਨਿਕਲੂਗੀ ਮਣਾ ਮੈਂ ਫੜੇਗਾ ਕੈਮਰਾ ਉੱਤੋਂ ਵੀ ਫੜ ਕੇ ਰੱਖੀ ਤੇ ਬਾਈ ਇਹੀ ਸੀਗੀ ਅੱਜ ਦੀ ਵੀਡੀਓ ਮੈਂ ਚੱਲਿਆ ਬੈਸਟ ਬਾਏ ਨੂੰ ਉਦੋਂ ਮੈਮਰੀ ਕਾਰਡ ਚੱਕਦਾ ਤੇ ਬਾਈ ਆਪਣੇ ਭਰਾ ਪ੍ਰਭ ਨੂੰ ਬੈਸਟ ਆਫ ਲੱਕ ਕਰੋ ਸਾਰੇ ਜਾਣੇ ਹਨਾ ਬਾਈ ਦੀ ਇੱਕ ਨਵੀਂ ਜਰਨੀ ਸਟਾਰਟ ਹੋਣੀ ਹੈ ਇੱਕ ਸਾਲ ਦੀ ਪੜ੍ਹਾਈ ਹੈ ਨਾ ਬਾਈ ਦੀ ਰਹਿੰਦੀ ਆ ਸੁੱਕੀ ਸਾਂਦੀ ਕੰਪਲੀਟ ਹੋਵੇ ਤੇ ਵੀਡੀਓ ਚੰਗੀ ਲੱਗੀ ਬਾਈ ਲਾਈਕ ਕਰ ਦਿਓ ਚੈਨਲ ਨੂੰ ਜੇ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਆਉਣ ਵਾਲੀ ਵੀਡੀਓਜ਼ ਦੇ ਲਈ ਬੈਲ ਆਈਕਨ ਨੂੰ ਬਾਈ ਨੱਪ ਦਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ